ਤੇ ਕਿਸ ਤਰ੍ਹਾਂ ਹੋਇਆ ਸੀ ਇਹ ਸਾਰਾ ਕੁਝ? ਆਈ ਫੈਲਟ ਹਾਰੂ ਤੇ ਫਿਰ ਕਿੰਨੀ ਦੇਰ ਬਾਅਦ ਪਤਾ ਲੱਗਾ ਕਿ ਗੁਰਦੇ ਜਿਹੜੇ ਨੂੰ ਕੰਮ ਨਹੀਂ ਕਰ ਰਹੇ? ਮੁਸ਼ਕਿਲ ਗੇਟ ਹੋ ਗਿਆ ਸਾਹਿਬ ਸਾਹਿਬ ਨੇ ਬੋਲਾ ਕਿ ਆਪਕੇ ਗੁਰਦੇ ਜੋ ਨਾ ਖਤਮ ਹੋ ਚੁੱਕੇ। ਔਰ ਇਹਦੇ ਵਾਲਦ ਸਾਹਿਬ ਜਿਹੜੇ ਸਨ ਉਹ ਭੱਠੇ ਤੇ ਇੱਟਾਂ ਪਾਉਂਦੇ ਸਨ, ਔਰ ਇਹਦੀ ਜਿਹੜੀ ਵਾਲਦਾ ਹੈ ਉਹ ਸ਼ਹਿਰ ਲੋਕਾਂ ਦੇ ਘਰ ਕੰਮ ਕਰਦੇ ਨੇ। ਕਿ ਚਲੋ ਤੁਸੀਂ ਮੈਨੂੰ ਜ਼ਕਾਤ ਇਕੱਠੀ ਕਰਕੇ ਦੇ ਛੋੜੋ, ਮੈਂ ਆਪਣੇ ਬੱਚੇ ਨੂੰ ਗੁਰਦਾ ਪਵਾ ਲਾਂ, ਗੁਰਦਾ ਮੇਰਾ ਆਪਣਾ ਹੋਏਗਾ ਤੇ ਤੁਸੀਂ ਖਰਚਾ ਕਰ ਲਓ। ਕਰਜ਼ੇ ਚੁੱਕ ਕੇ ਵੀ ਲਾ ਦਿੱਤੇ, ਸ਼ਹਿਰ ਦੇ ਵਿੱਚੋਂ 1,75,000 ਦੀ ਕਰਜ਼ਾ ਹੈ ਆਪਣੇ ਬੱਚੇ ਤੇ ਲਾ। ਬਿਸਮਿਲ੍ਲਾ ਰਹਿਮਾਨ ਰਹੀਮ। ਨਾਜ਼ਰੀਨ, ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੁਹਾਡਾ ਹੋਸਟ ਬਾਬਰ ਬੇਗ, ਔਰ ਤੁਸੀਂ ਵੇਖ ਰਹੇ ਹੋ ਆਪਣਾ ABHD TV। ਨਾਜ਼ਰੀਨ, ਅੱਜ ਮੈਂ ਮੌਜੂਦ ਹਾਂ ਜੀ ਗੁਜਰਾਤ, ਔਰ ਗੁਜਰਾਤ ਦੀ ਫੈਮਿਲੀ ਨਾਲ। ਸਾਡੇ ਦਰਮਿਆਨ 'ਚ ਤੁਹਾਨੂੰ ਇੱਕ ਬੱਚਾ ਨਜ਼ਰ ਆ ਰਿਹਾ ਹੈ, ਇਹਦੀ ਉਮਰ ਬਹੁਤ ਜ਼ਿਆਦਾ ਤੇ ਜੀ ਮੇਰੇ ਅੰਦਾਜ਼ੇ ਨਾਲ 15-16-17 ਸਾਲ ਹੋਏਗੀ, ਔਰ ਇਹ ਗੁਰਦਿਆਂ ਦੇ ਆਰਜ਼ੇ 'ਚ ਮੁਬਤਲਾ ਹੈ। ਟਾਈਫਾਇਡ ਬੁਖਾਰ ਚੜ੍ਹਨ ਦੀ ਵਜ੍ਹਾ ਤੋਂ ਇਹਦੇ ਗੁਰਦੇ ਜਿਹੜੇ ਨੇ ਦੋਨੋਂ ਖਤਮ ਹੋ ਚੁੱਕੇ ਨੇ, ਹਰ ਦੂਸਰੇ ਦਿਨ, ਇੱਕ ਦਿਨ ਤੋਂ ਬਾਅਦ ਹਰ ਦੂਸਰੇ ਦਿਨ ਪਿਛਲੇ 1.5 ਸਾਲ ਤੋਂ ਮੁਸਲਸਲ ਇਹਦੇ ਡੈਲਸਿਸ ਹੋ ਰਹੇ ਨੇ, ਔਰ ਇਹਦੇ ਨਾਲ ਇਹਦੀ ਵਾਲਦਾ ਬੈਠੇ ਨੇ, ਔਰ ਇਹ ਉਹ ਮਾਂ ਹੈ ਜਿਹੜੀ ਸਲੂਟ ਦੇ ਕਾਬਲ ਹੈ, ਔਰ ਇਹ ਮਾਂ ਆਪਣੇ ਲਖਤੇ ਜਿਗਰ ਨੂੰ ਆਪਣਾ ਗੁਰਦਾ ਜਿਹੜਾ ਹੈ ਉਹ ਦੇਣਾ ਚਾਹੁੰਦੇ ਨੇ, ਜਦੋਂ ਕਿ ਇਹ ਟੈਸਟ ਉਸ ਕਰਵਾ ਚੁੱਕੇ ਨੇ, ਔਰ ਇਹਨਾਂ ਦਾ ਗੁਰਦਾ ਜਿਹੜਾ ਉਹ ਵੀ ਇਹਨਾਂ ਦੇ ਬੇਟੇ ਨੂੰ ਲੱਗ ਸਕਦਾ, ਲੇਕਿਨ ਗੁਰਬਤ ਦੀ ਵਜ੍ਹਾ ਤੋਂ, ਗੁਰਬਤ ਦੇ ਹੱਥੋਂ ਤੰਗ ਆ ਕੇ ਹਾਲੇ ਤੱਕ ਇਹ ਵਿਚਾਰੇ ਇਲਾਜ ਕਰਵਾਉਣ ਤੋਂ ਕਰ ਸਕਦੇ। ਜਦੋਂ ਕਿ ਦਿਨ ਬ ਦਿਨ ਵਕਤ ਗੁਜ਼ਰ ਰਿਹਾ, ਪਿਛਲੇ 1.5 ਸਾਲ ਤੋਂ ਮੁਸਲਸਲ ਡੈਲਸਿਸ ਹੋ ਗਏ ਨੇ, ਔਰ ਅਸੀਂ ਤੁਹਾਨੂੰ ਕਲੋਜ਼ 'ਚ ਦਿਖਾਵਾਂਗੇ ਕਿ ਬੱਚੇ ਦੀਆਂ ਅੱਖਾਂ ਜਿਹੜੀਆਂ ਨੇ ਉਹ ਪੀਲੀਆਂ ਹੋ ਚੁੱਕੀਆਂ ਨੇ, ਔਰ ਜਿਸ ਤਰ੍ਹਾਂ ਕਿ ਜਿਹੜੇ ਲੋਕ ਡੈਲਸਿਸ ਕਰਵਾਉਂਦੇ ਨੇ ਉਹਨਾਂ ਨੂੰ ਪਤਾ, ਔਰ ਬੱਚੇ ਦੇ ਬਾਥਰੂਮ 'ਚ ਨਾਲੀ ਵੀ ਲੱਗੀ ਹੋਈ ਹੈ, ਉਹਦੇ ਨਾਲ ਜਿੱਥੇ ਫਾਇਦਾ ਹੁੰਦਾ ਅਗਰ ਸਾਹ ਚੱਲਦੇ ਰਹਿੰਦੇ ਨੇ, ਲੇਕਿਨ ਬਹੁਤ ਸਾਰੀਆਂ ਘਬਾਤਾਂ ਪੈਦਾ ਹੁੰਦੀਆਂ ਨੇ ਉਹਦੇ ਵਿੱਚ, ਕਿਉਂਕਿ ਡੈਲਸਿਸ ਕਰਾ ਕੇ ਬਹੁਤ ਜ਼ਿਆਦਾ ਜਿਸਮ ਦਾ ਨੁਕਸਾਨ ਵੀ ਹੁੰਦਾ। ਸੋ ਇਹ ਵੀ ਕਿ ਜਲਦ ਤੋਂ ਜਲਦ ਅਗਰ ਜ਼ਿੰਦਗੀ ਨੂੰ ਅਸੀਂ ਰਿਵਾਈਵਲ ਉਹਦਾ ਕਰਨਾ ਚਾਹੁੰਦੇ ਹਾਂ, ਤਾਂ ਉਹਦਾ ਬਿਹਤਰੀਨ ਜਿਹੜਾ ਤਰੀਕਾ ਉਹ ਇਹੀ ਹੈ ਕਿ ਇਹਦਾ ਅਪਰੇਟ ਹੋ ਕੇ ਅਤੇ ਗੁਰਦਾ ਜਿਹੜਾ ਉਹ ਲੱਗ ਜਾਵੇ, ਔਰ ਬੱਚਾ ਜਿਹੜਾ ਦੁਬਾਰਾ ਆਪਣੀ ਖੁਸ਼ਹਾਲ ਜ਼ਿੰਦਗੀ ਜਿਹੜੀ ਹੈ ਉਹ ਗੁਜ਼ਾਰ ਸਕੇ। ਔਰ ਇਹਦੀ ਵਾਲਦਾ ਨੂੰ ਅੱਲਾਹ ਤਾਲਾ ਉਹ ਕਹਿੰਦੇ ਨੇ, ਮਾਵਾਂ ਦਾ ਦੁਨੀਆਂ 'ਚ ਨਿਮੁਲ ਬਦਲ ਕੋਈ, ਅਗਰ ਖੁਦਾ ਵੀ ਦੁਨੀਆਂ 'ਤੇ ਉਹਨੂੰ ਦੇਖਣਾ ਤੁਸੀਂ ਜੋ ਮਾਂ ਬਾਪ ਦੇ ਰੂਪ 'ਚ, ਅਤੇ ਉਹ ਤੁਸੀਂ ਉਹਨੂੰ ਦੇਖ ਸਕਦੇ ਹੋ, ਰੱਬ ਸਾਡੇ ਤੋਂ ਦੂਰ ਨਹੀਂ, ਰੱਬ ਸਾਡੇ ਨਾਲ ਹੈ, ਸਾਡੇ ਬਿਲਕੁਲ ਸਾਹਮਣੇ ਮੇ, ਅਸੀਂ ਉਹਨੂੰ ਮਿਲਣਾ ਚਾਹੀਏ। ਸੋ ਇਹ ਵੀ ਅਸੀਂ ਇਹਨਾਂ ਨਾਲ ਗੱਲ ਕਰਨੇ ਹਾਂ। ਅਸਲਾਮ ਅਲੈਕੁਮ, ਕੀ ਨਾਮ ਹੈ ਬੇਟੇ ਆਪਣਾ? ਅਲੀ ਰਜ਼ਾ। ਅਲੀ ਰਜ਼ਾ, ਅਤੇ ਅਲੀ ਰਜ਼ਾ ਕਿੰਨੀ ਦੇਰ ਹੋ ਗਈ ਹੈ ਬਿਮਾਰ ਹੋਏ? 1.5 ਸਾਲ। 1.5 ਸਾਲ ਤੇ ਕਿਸ ਤਰ੍ਹਾਂ ਹੋਇਆ ਸੀ ਇਹ ਸਾਰਾ ਕੁਝ? ਟਾਈਫਾਇਡ ਬੁਖਾਰ ਹੋਇਆ। ਅੱਛਾ, ਤੇ ਫਿਰ ਕਿੰਨੀ ਦੇਰ ਬਾਅਦ ਪਤਾ ਲੱਗਾ ਕਿ ਗੁਰਦੇ ਜਿਹੜੇ ਨੂੰ ਕੰਮ ਨਹੀਂ ਕਰ ਰਹੇ? ਮੁਸ਼ਕਿਲ ਗੇਟ ਹੋ ਗਿਆ ਸਾਹਿਬ ਸਾਹਿਬ ਨੇ ਬੋਲਾ ਕਿ ਆਪਕੇ ਗੁਰਦੇ ਜੋ ਨਾ ਖਤਮ ਹੋ ਚੁੱਕੇ। 3 ਮਹੀਨੇ ਤੋਂ। ਅੱਛਾ ਜੀ।